ਹਾਂਜੀ, ਕੀ ਹਾਲ ਚਾਲ ਹੈ ਫਿਰ ਮੇਰੇ ਭਰਾਵਾਂ ਦਾ? ਅੱਜ ਬੱਚਿਆਂ ਨੂੰ ਲੱਗ ਰਹੀ ਸੀ ਗਰਮੀ, ਕਿਉਂਕਿ ਗਰਮੀ ਬਹੁਤ ਹੋ ਚੁੱਕੀ ਹੈ, ਅਤੇ ਮੈਂ ਕਿਹਾ ਕਿਉਂ ਨਾ ਬੱਚਿਆਂ ਨੂੰ ਇੱਕ ਦੇਸੀ ਸਵੀਮਿੰਗ ਪੂਲ ਬਣਾ ਤਾ ਜਾਏ। ਦਿਮਾਗ ਲਾਇਆ ਥੋੜ੍ਹਾ ਜਿਹਾ, ਕੁਛ ਸਮਾਨ ਮੇਰੇ ਕੋਲ ਪਏਦਾ ਸੀ ਘਰ ਹੀ, ਜਿਹਨੂੰ ਆਪਾਂ ਐਡ ਕਰਕੇ ਅਤੇ ਸਵੀਮਿੰਗ ਪੂਲ ਬਣਾਉਣ ਦੀ ਕੀਤੀ ਕੋਸ਼ਿਸ਼। ਹੁਣ ਦੇਖਦੇ ਹਾਂ ਕਿ ਮਿਸ਼ਨ ਮੇਰਾ ਇਹ ਕਾਮਯਾਬ ਹੁੰਦਾ ਕਿ ਨਹੀਂ, ਕਿ ਪਾਣੀ ਹੋ ਜਾਂਦਾ ਬਰਬਾਦ। ਅਤੇ ਮੈਂ ਆਪਣਾ ਕੰਮ 'ਤੇ ਲੱਗ ਗਿਆ ਅਤੇ ਬਾਹਰੋਂ ਸਮਾਨ ਸਮੂਨ ਚੱਕ ਕੇ ਅਤੇ ਆਪਣੀ ਮਿਹਨਤ ਕਰਤੀ ਜਾਰੀ। ਅਤੇ ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮੇਰੇ ਭਰਾਵਾ, ਵਾਰ ਵਾਰ ਜਿਹੜੇ ਮਿਹਨਤ ਕਰਦੇ ਆ, ਵਾਰ ਵਾਰ ਜਿਹੜੇ ਰਿਸਕ ਲੈਂਦੇ ਆ, ਉਹੀ ਕਾਮਯਾਬ ਹੁੰਦੇ ਆ। ਅਤੇ ਸਵੀਮਿੰਗ ਪੂਲ ਛੋਟਾ ਸਾਡਾ ਹੋ ਗਿਆ ਤਿਆਰ, ਆਪਾਂ ਚਲਾ ਤਾ ਪਾਣੀ, ਆਪਾਂ ਕਰਨ ਲੱਗ ਪਏ ਵੇਟ। ਅਤੇ ਪਰਾਹੀ ਨੂੰ ਬੜੀ ਉਤਸ਼ਾਹਿਤ ਹੋਣ ਡੀ ਸੀ, ਕਿਉਂਕਿ ਬੱਚੇ ਨਹਾਉਣ ਡੇ ਸੀਗੇ, ਅਤੇ ਮਾਹੀ ਬਹੁਤ ਹੀ ਖੁਸ਼ ਹੁੰਦੀ ਪਈ ਸੀ। ਅਤੇ ਸਾਰੇ ਬੱਚੇ ਵਿੱਚ ਵਾੜਤੇ, ਅਤੇ ਬੱਚੇ ਮੱਛੀਆਂ ਵਾਂਗ ਤੈਰਨ ਡੇ ਸੀ, ਅਤੇ ਮਾਹੀ ਤਾਂ ਡੱਡੂਆਂ ਵਾਂਗ ਲੱਗ ਰਹੀ ਸੀ, ਅਤੇ ਇਹ ਪੂਰਾ ਮਜ਼ਾ ਲੈ ਰਹੇ ਸੀ, ਪੂਰੀ ਫੀਲਿੰਗ ਵੰਡਰਲੈਂਡ ਦੀ ਲੈ ਰਹੇ ਸੀ। ਅਤੇ ਮੈਂ ਕਿਹਾ ਕਿਉਂ ਨਾ ਥੋੜ੍ਹਾ ਹੋਰ ਇਹਨਾਂ ਨੂੰ ਕੂਲ ਕਰ ਦਈਏ, ਅਤੇ ਉੱਤੋਂ ਚਲਾਤਾ ਸ਼ਾਵਰ। ਅਤੇ ਬੱਚੇ ਦੇਖੋ ਕਿੰਨੇ ਖੁਸ਼ ਹੈ, ਅਤੇ ਬਹੁਤ ਹੀ ਖੁਸ਼ ਲੱਗ ਰਹੇ ਸੀ ਬੱਚੇ, ਐਵੇਂ ਦੇਖੋ ਕਿੱਦਾਂ ਨਹਾਉਂਦੇ ਸੀ। ਲੇਕਿਨ ਪਾਣੀ ਹੋਣ ਲੱਗ ਪਿਆ ਲੀਕ, ਮਿਸ਼ਨ ਹੋ ਗਿਆ ਫੇਲ, ਅਤੇ ਆਪਾਂ ਨੈਕਸਟ ਮਿਸ਼ਨ 'ਚ ਜ਼ਰੂਰ ਇਹਨੂੰ ਕਰਾਂਗੇ। ਮੈਂ ਬੱਚਿਆਂ ਨੇ ਫਿਰ ਵੀ ਗਿੱਟੇ ਗਿੱਟੇ ਪਾਣੀ 'ਚ ਨਹਾ ਲਿਆ, ਪਾਣੀ ਵਗ ਰਿਹਾ ਸੀ, ਬਾਹਰ ਜਾ ਰਿਹਾ ਸੀ।